ਵਿਚਾਰ ਪੂਰੀ ਨਹੀਂ ਕੀਤੀ ਜਾਂਦੀ। ਕਿੰਨੀਆਂ ਸੰਸਥਾ ਨੇ, ਕਿੰਨੇ ਵਿਦਿਆ ਦੇ ਸਕੂਲ ਖੁੱਲੇ ਨੇ, ਵੱਡੇ ਵੱਡੇ ਕਾਲਜ ਨੇ ਜਿਨ੍ਹਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਆ। ਪਰ ਪਿਆਰਿਓ, ਸਿੱਖਿਆ ਦੇਣ ਵਾਲੇ ਨੂੰ ਵੀ ਗ੍ਰੰਥ ਪੜ੍ਹਨਾ ਪੈਂਦਾ। ਸਿੱਖਿਆ ਦੇਣ ਵਾਲੇ ਨੂੰ ਵੀ ਵਿਚਾਰ ਕਰਨੀ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨੀ ਪੈਂਦੀ ਹੈ, ਸਰਚ ਕਰਨੀ ਪੈਂਦੀ ਹੈ। ਫਿਰ ਵੀ ਉਹਨਾਂ ਦੀ ਬਾਣੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੱਲ ਜੋ ਵੀ ਜੀਵਾਂ ਦਾ ਉਧਾਰ ਕਰਨ ਵਾਸਤੇ ਪਹਿਲਾਂ ਦੇਵੀ ਦੇਵਤ ਹੋਏ, ਫਿਰ ਦਸ ਗੁਰੂ ਸਾਹਿਬਾਨ ਹੋਏ, ਉਹਨਾਂ ਸਾਰਿਆਂ ਨੇ ਪਾਤਸ਼ਾਹਾਂ ਨੇ ਗੁਰੂਆਂ ਨੇ ਆਪਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਯਾਦ ਲਾਇਆ। ਇਹ ਸਾਰਿਆਂ ਤੋਂ ਵੱਡੇ ਹਨ। ਪਰ ਅੱਜ ਸੰਸਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਵੀ ਕੀਰਤੂ ਪ੍ਰੰਸੂ ਕਰਦੇ ਨੇ ਲੋਕ। ਜਿਹੜੀ ਭਗਜਨ ਹੈ, ਭਗਜਨ ਦਾ ਗੇੜਾ ਹੈ, ਉਹ ਬਾਣੀ ਤੋਂ ਬਿਨਾ ਅਤੇ ਗੁਰੂ ਤੋਂ ਬਿਨਾ ਪਾਰ ਨਹੀਂ ਹੁੰਦਾ।
Thank you.